ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣਾ ਸੀਸ ਕੁਰਬਾਨ ਕੀਤਾ ਉਹਨਾਂ ਨੇ ਆਪਣਾ ਅੰਤਿਮ ਸਮਾਧਿ ਦਿੱਲੀ ਚਾਂਦਨੀ ਚੌਕ ਵਿੱਚ ਜਿਵੇਂ ਬਤਾਇਆ ਉਸ ਨੂੰ ਮੈਂ ਕਵਿਤਾ ਦੇ ਰੂਪ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਜੀ ਅਹੀ ਰਾਤ ਵੀ ਤੀ ਦਿਨ ਚੜ ਪਿਆ ਹੁਣ ਕਹਿਰਾ ਵਾਲਾ ਸੂਰਜ ਖੂਨੀ ਨਿਕਲਿਆ ਸੂਰਤ ਬਿਕਰਾਲਾ ਕੀਤਾ ਵੇਸ ਅਕਾਸ਼ ਨੇ ਅਜ ਕਾਲਾ ਕਾਲਾ ਤੌਲ ਧਰਮ ਤੋਂ ਡੋਲਿਆ ਆਇਆ ਪੁਝਾਲਾ ਸਿਰਿ ਸਤਿਗੁਰ ਇਸ ਨਾਨਕ ਘਰ ਲੇ ਵਪਰਬ ਵਿਚ ਲਾਈ ਜਬਜੀ ਸਾਹਿਬ ਉਚਾਰਿਆ ਵਿਚ ਸਿਤ ਲਾਈ ਪਾਠ ਮੁਕਾਏ ਅਕਾਲ ਦਾ ਜਦ ਤਾਉਣ ਚਕਾਈ ਕਾਤਲ ਨੇ ਉਸ ਵੇਲੇ ਡੇ ਤਲਵਾਰ ਚਲਾਈ ਤਰਮੀ ਹਿੱਕਾਂ ਪਾਟੀਆਂ ਸ਼ਾਇਆ ਅੰਧਿਆਰਾ ਅੱਖਾਂ ਵਿੱਚੋਂ ਨਿਕਲੀ ਲਹੂ ਦੀ ਤਾਰਾ ਹੁਣ ਲਗਾ ਸੰਸਾਰ ਵਿੱਚ ਵੱਡ ਹਹਾਕਾਰਾ ਹੋਇਆ ਵਿੱਚ ਆਕਾਸ਼ ਦੇ ਜੈ ਜੈ ਜੈਕਾਰਾ ਕੰਬਣ ਲੱਗੀ ਪ੍ਰਥਵੀ ਨਾ ਦੁੱਖ ਸਹਾਰੇ ਸ਼ਾਹੀ ਵਰਤੀ ਗਗਨ ਤੇ ਅਰ ਟੁੱਟੇ ਤਾਰੇ ਆਂਧਾ ਆਂਧੇ ਨੀਰੀ ਝੁੱਲਦੀ ਦਿੱਲੀ ਵਿੱਚ ਕਾਰੇ ਮਾਤਮ ਸਾਰੇ ਵਰਤਿਆ ਇਸ ਦੁੱਖ ਦੇ ਮਾਰੇ ਹਿੰਦੂ ਧਰਮ ਨੂੰ ਰੱਖ ਲਿਆ ਹੋ ਕੇ ਕੁਰਬਾਨ ਬਲੀ ਚੜਾ ਕੇ ਆਪਣੀ ਰੱਖ ਲਈਤੀਆਂ ਪਾਈ ਮਰਦਾ ਕੌਮ ਵਿੱਚ ਮੁੜ ਕੇ ਜਿੰਦ ਜਾਨ ਗੁਰੂ ਨਾਨਕ ਦਾ ਬੂਟੜਾ ਚੜਿਆ ਪਰਵਾਣ ਇੱਕ ਪਿਆਰੇ ਸਿੱਖ ਨੇ ਜਾਸੀਸ ਉਠਾਇਆ ਲੈ ਕੇ ਵਿੱਚ ਅਨੰਦਪੁਰ ਆਵੇਂ ਪਹੁੰਚਾਇਆ ਤੜ ਲੈ ਕੇ ਕਲਵਾਨੜੇ ਸਸਕਾਰ ਕਰਾਇਆ ਸਿਰ ਤਲੀਆਂ ਤੇ ਰੱਖ ਕੇ ਇਹ ਸਦਕ ਕਮਾਇਆ ਸਤਿਗੁਰ ਰਸ਼ਿਕ ਹਿੰਦ ਦੇ ਕੀਤਾ ਉਪਕਾਰ ਸਾਕਾ ਕੀਤਾ ਕਲੂ ਵਿੱਚ ਸਿਰ ਆਪਣਾ ਵਾਰ ਦਿੱਲੀ ਦੇ ਵਿੱਚ ਆਪ ਦੀ ਹੈ ਯਾਦਸਗਾਰ ਸੀਸ ਗਾਂਝਰ ਕਾਬ ਗਾਂਝ ਲਾਗ ਦੇ ਨੇ ਦਰਬਾਰ ਦਿੱਲੀ ਦੇ ਵਿੱਚ ਆਪਦੀ ਹੈ ਜਾਦ ਸੁਗਾਰੇ ਸੀਸ ਗਾਂਝਰੇ ਕਾ ਬਗਾਂਝ ਲੱਗਦੇ ਨੇ ਦਰਬਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ